संत उदरण दयालं आसरंग गोपाल कीर्तन है। सतगुरु गुरु अर्जन साहब महाराज कहते ने जो संत जन गोपाल प्रभु दे कीर्तन नू अपने जीवन का सहारा बना लेंदे ने। आसरंग का मतलब आसरा। सतगुरु महाराज कहते ने ओ फिर संत जन माया की तपश तो विकारां की तपश तो बच जाते हैं। उदरण का मतलब है विकारां की माया दे विच्चों ओ बच जाते ने, उस तपश दे विच्चों बच जाते ने। क्योंकि अज के पावन हुक्मनामे के दूसरे श्लोक के सतगुरु महाराज ने तपश की गल जी है वह भी की है। तो सतगुरु महाराज कहते ने आसरा जिहड़ा है वह केवल मालक परमेश्वर के नाम का लैना है, अकाल पुरख के वड्याई का लैना है। आसरंग गोपाल, गोपाल का मतलब हुंदा धरती नूं पालन वाला। उस धरती नूं पालन वाले गोपाल के कीर्तन का आसरा, भाव वो गुणा नूं गाउण दा, उहदे गुणा दा आसरा जिहड़ा है वह लैना है। कीर्तन का मतलब भी हुंदा है उस मालक की सिफत करना, कीर्ति करना। तो सतगुरु महाराज कहिंदे ने भी जिहड़े उस मालक का आसरा परमेश्वर का आसरा तुक लैंदे ने वह जीवन के अंदर सुखी हो जाते हैं। गुर की सेवा सदा सुख पाए, सतसंगत मिल हर गुण गाए, नामी नाम करे विचार आप तरे कुल उदरन हार। उन्हां दियां कुलां भी उदर जांदियां ने। ਉਹ ਸੰਤ ਜਨ, ਉਹ ਗੁਰਮੁਖ ਪਿਆਰਾ, ਉਹ ਆਪ ਤੇ ਵਿਕਾਰਾਂ ਦੀ ਤਪਸ਼ ਦੇ ਵਿੱਚੋਂ ਬਚਦਾ ਹੀ ਬਚਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਉਹ ਆਪਣੀ ਕੁੱਲਾਂ ਦਾ ਵੀ ਉਧਾਰ ਕਰ ਲੈਂਦਾ ਹੈ, ਆਪਣੇ ਕੁੱਲ ਨੂੰ ਵੀ ਬਚਾ ਲੈਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਮਾਲਕ ਨੇ ਹੀ ਸਾਰਾ ਕੁਝ ਪੈਦਾ ਕੀਤਾ ਹੈ, ਉਸ ਮਾਲਕ ਨੇ ਹੀ ਇਸ ਸੰਸਾਰ ਨੂੰ ਚਲਾਇਆ ਹੋਇਆ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੂੰ ਅਗਮ ਦਿਆਲ ਬੇਅੰਤ, ਤੇਰੀ ਕੀਮਤ ਕਹੇ ਕੌਣ, ਤੇਰੀ ਕੀਮਤ ਨੂੰ ਕੋਈ ਕਹਿ ਨਹੀਂ ਜੇ ਸਕਦਾ। ਤੂੰ ਅਗੰਮ, ਤੂੰ ਮਨੁੱਖ ਦੀ ਪਹੁੰਚ ਤੋਂ ਦੂਰ ਹੈ, ਔਰ ਨਾਲ ਤੂੰ ਦਿਆਲ, ਦਇਆ ਵੀ ਕਰਨ ਵਾਲਾ ਹੈ, ਔਰ ਤੂੰ ਬੇਅੰਤ ਵੀ ਹੈ। ਤੁਧ ਸਿਰਜਿਆ ਸਭ ਸੰਸਾਰ, ਤੂੰ ਹੀ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ। ਤੂੰ ਨਾਇਕ ਸਗਲ ਭਾਉਣ, ਤੂੰ ਉਹਨਾਂ ਦਾ ਨਾਇਕ ਹੈ, ਤੂੰ ਹੀਰੋ ਹੈ ਉਸ ਮਾਲਕ, ਮਾਲਕ ਜਿਹੜਾ ਹੈ ਹੀਰੋ ਹੈ ਇਸ ਸੰਸਾਰ ਦਾ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੇਰੀ ਕੁਦਰਤ ਕੋਈ ਨਾ ਜਾਣੇ, ਤੇਰੀ ਤਾਕਤ ਨੂੰ ਕੋਈ ਨਹੀਂ ਜਾਣਦਾ, ਵੀ ਤੇਰੇ ਵਿੱਚ ਤਾਕਤ ਕਿੰਨੀ ਹੈ। ਮੇਰੇ ਠਾਕਰ ਸਗਲ ਰੌਣ, ਤੁਦ ਅੱਪੜ ਕੋਏ ਨਾ ਸਕੇ, ਤੂੰ ਅਵਨਾਸੀ ਜਗ ਉਧਰਣ, ਤੂੰ ਅਵਨਾਸੀ ਹੈ ਭਾਵ ਨਾਸ਼ ਰਹਿਤ ਹੈ, ਤੂੰ ਹੀ ਜਗਤ ਦਾ ਉਧਾਰ ਕਰਨ ਵਾਲਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਵੀ ਸੰਤ ਜਨ, ਜਿਹੜੇ ਵੀ ਗੁਰਮੁਖ ਪਿਆਰੇ ਉਸ ਮਾਲਕ ਦੇ, ਉਸ ਗੋਪਾਲ ਦੇ ਕੀਰਤਨ ਦਾ ਆਸਰਾ ਲੈਂਦੇ ਨੇ, ਉਹਨਾਂ ਦਾ ਇਸ ਸੰਸਾਰ ਦੇ ਵਿੱਚੋਂ ਉਧਾਰ ਹੋ ਜਾਂਦਾ ਹੈ, ਭਾਵ ਵਿਕਾਰਾਂ ਦੀ ਤਪਸ਼ ਤੋਂ ਉਹ ਬਚ ਜਾਂਦੇ ਨੇ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਕੀਰਤੀ ਉਸ ਮਾਲਕ ਦੇ ਗੁਣਾਂ ਦੀ ਸਿਫਤ ਸਤਸੰਗਤ ਦੇ ਵਿੱਚ ਜਾ ਕੇ ਕਰ। ਭੱਜ ਸਾਧ ਸੰਗ ਗੋਪਾਲ ਨਾਨਕ, ਹਰ ਚਰਨ ਸ਼ਰਨ ਉਦਰਨ ਕਿਰਪਾ। ਸਤਸੰਗਤ ਦੇ ਵਿੱਚ ਜਾ ਕੇ ਉਸ ਧਰਤੀ ਨੂੰ ਪਾਲਣ ਵਾਲੇ ਪਰਮੇਸ਼ਰ ਉਹਨੂੰ ਸਿਮਰਨਾ ਕਰ, ਯਾਦ ਕਰ। ਭੱਜ ਦਾ ਮਤਲਬ ਯਾਦ ਕਰ, ਅਤੇ ਤੇਰਾ ਉਧਾਰ ਜਿਹੜਾ ਹੈ ਉਸ ਮਾਲਕ ਦੀ ਕਿਰਪਾ ਦੇ ਨਾਲ ਹੋ ਜਾਏਗਾ। ਤੂੰ ਉਸ ਮਾਲਕ ਦੀ ਹੀ ਆਸਰਾ ਤੱਕ। ਬਿਲਾਵਲ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਏਕ ਟੇਕ ਗੋਬਿੰਦ ਕੀ, ਤਿਆਗੀ ਅਨ ਆਸ, ਔਰ ਆਸ ਛੱਡ ਦੇ, ਕੇਵਲ ਗੋਬਿੰਦ ਦੀ ਆਸਰਾ ਤੱਕ, ਉਹਦਾ ਟੇਕ ਤੱਕ। ਸਭ ਉੱਪਰ ਸਮਰੱਥ ਪ੍ਰਭ ਪੂਰਨ ਗੁਣਤਾਸ, ਉਹ ਸਭ ਕੁਝ ਸਮਰੱਥ ਕਰਨ ਵਾਲਾ ਹੈ, ਪੂਰਨ ਗੁਣਤਾਸ। ਜਨ ਕਾ ਨਾਮ ਆਧਾਰ ਹੈ ਪ੍ਰਭ ਸ਼ਰਨੀ ਪਾਏ, ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ। ਸੰਤ ਜਨ ਗੁਰਮੁਖ ਪਿਆਰੇ ਉਹਨਾਂ ਦੇ ਮਨ ਦੇ ਵਿੱਚ ਤਾਂ ਕੇਵਲ ਪਰਮੇਸ਼ਰ ਦਾ ਹੀ ਆਸਰਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਉਸ ਗੋਪਾਲ ਦੇ ਕੀਰਤੀ ਦਾ ਆਸਰਾ ਤੱਕ ਲੈਂਦੇ ਨੇ ਉਹ ਇਸ ਸੰਸਾਰ ਦੇ ਵਿੱਚੋਂ ਵਿਕਾਰਾਂ ਦੀ ਤਪਸ਼ ਦੇ ਵਿੱਚੋਂ ਬਚ ਜਾਂਦੇ ਨੇ। ਅਤੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਿਰਮਲੰ ਸੰਤ ਸੰਗੇਣ, ਓਟ ਨਾਨਕ ਪਰਮੇਸ਼ਰ ਹੈ। ਨਿਰਮਲੰ ਭਾਵ
ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ ਸੰਤਾਂ ਦੀ ਸੰਗਤ ਕੀਤਿਆਂ, ਨਿਰਮਲ ਦਾ ਮਤਲਬ ਹੁੰਦਾ ਪਵਿੱਤਰ, ਪਵਿੱਤਰ ਹੋ ਜਾਈਦਾ। ਨਿਰਮਲੰਗ ਸਾਧ ਨਿਰਮਲੰਗ ਸੰਤ ਸੰਗੇਣ, ਸੰਤਾਂ ਦੀ ਸੰਗਤ ਕੀਤਿਆਂ, ਸਤ ਸੰਗਤ ਵਿੱਚ ਜਾਇਆਂ ਜੀਵ ਨਿਰਮਲ ਹੋ ਜਾਂਦਾ, ਭਾਵ ਪਵਿੱਤਰ ਹੋ ਜਾਂਦਾ ਹੈ। ਓਟ ਨਾਨਕ ਪਰਮੇਸ਼ੁਰ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੇ ਨਾਨਕ, ਤੂੰ ਵੀ ਅਜਿਹੇ ਗੁਰਮੁੱਖਾਂ ਦੀ ਸੰਗਤ ਵਿੱਚ ਰਹਿ ਕੇ ਪਰਮੇਸ਼ੁਰ ਦਾ ਪੱਲਾ ਪਕੜ, ਉਸ ਪਰਮੇਸ਼ੁਰ ਦੀ ਓਟ ਜਿਹੜੀ ਹੈ ਉਹ ਆਪਣੇ ਜੀਵਨ ਦੇ ਅੰਦਰ ਮਾਣ। ਕਿਉਂਕਿ ਗੁਰੂ ਕੇ ਸਿੱਖ ਨੂੰ ਓਟ ਕੇਵਲ ਪਰਮੇਸ਼ੁਰ ਦੀ ਹੈ। ਜਿੱਥੇ ਗੁਰੂ ਕਾ ਸਿੱਖ ਗੁਰੂ ਦੀ ਓਟ ਲੈਂਦਾ ਹੈ, ਉੱਥੇ ਗੁਰੂ ਦੀ ਓਟ ਰਾਹੀਂ ਉਹਨੂੰ ਪਰਮੇਸ਼ੁਰ ਦੀ ਓਟ, ਪਰਮੇਸ਼ੁਰ ਦਾ ਆਸਰਾ ਜਿਹੜਾ ਹੈ ਉਹ ਵੀ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਟੇਕ ਜਿਹੜੀ ਹੈ, ਜਿਹਨੇ ਵੀ ਉਸ ਪਰਮੇਸ਼ੁਰ ਦੀ ਲਈ, ਅਕਾਲ ਪੁਰਖ ਦੀ ਓਟ ਲਈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿੱਥੇ ਉਹ ਸਤ ਸੰਗਤ ਦੇ ਵਿੱਚ ਜਾ ਕੇ ਪਵਿੱਤਰ ਹੋ ਜਾਂਦਾ ਹੈ, ਉੱਥੇ ਉਸ ਮਾਲਕ ਉਸ ਪਰਮੇਸ਼ੁਰ ਦੀ ਟੇਕ ਲੈਣ, ਉਹਦਾ ਆਸਰਾ ਲੈਣ, ਉਹਦਾ ਓਟਾ ਲੈਣ ਦੇ ਨਾਲ ਕੀ ਪ੍ਰਾਪਤ ਹੁੰਦਾ, ਗੁਰੂ ਅਰਜਨ ਸਾਹਿਬ ਮਹਾਰਾਜ ਭੈਰੂ ਰਾਗ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ। ਸਤਿਗੁਰੂ ਕਹਿੰਦੇ ਨੇ ਤੇਰੀ ਟੇਕ ਰਹਾਂ ਕੱਲ ਮਾਹੇ, ਤੇਰੀ ਟੇਕ ਤੇਰੇ ਗੁਣ ਗਾਹੇ, ਤੇਰਾ ਆਸਰਾ ਲੈ ਕੇ ਮੈਂ ਤੇਰੇ ਗੁਣ ਗਾਵਾਂ, ਤੇਰੀ ਟੇਕ ਤੇਰਾ ਆਸਰਾ ਲਿਆ ਨਾ ਪੋਹੇ ਕਾਲ। ਜਿਹੜਾ ਤੇਰੀ ਟੇਕ ਲੈ ਲੈਂਦਾ, ਤੇਰਾ ਆਸਰਾ ਲੈ ਲੈਂਦਾ, ਸਤਿਗੁਰੂ ਮਹਾਰਾਜ ਕਹਿੰਦੇ ਉਹਨੂੰ ਮੌਤ ਜਿਹੜੀ ਹੈ ਉਹਦਾ ਵੀ ਡਰ ਸਤਾਉਂਦਾ ਨਹੀਂ ਹੈ, ਪਾਉਂਦਾ ਨਹੀਂ ਹੈ। ਤੇਰੀ ਟੇਕ ਬਿਨਸੇ ਜੰਜਾਲ, ਤੇਰਾ ਆਸਰਾ ਤੱਕਿਆ ਤੇਰੀ ਟੇਕ ਲਿਆ, ਸਾਹਿਬ ਕਹਿਣ ਲੱਗੇ ਧੰਦੇ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਕਿਉਂਕਿ ਮਨੁੱਖੀ ਮਨ ਧੰਦਿਆਂ ਦੇ ਵਿੱਚ ਫਸਿਆ ਹੋਇਆ, ਜੰਜਾਲ ਦੇ ਵਿੱਚ ਫਸਿਆ ਹੋਇਆ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਜਿਹੜਾ ਹੈ ਉਹ ਅਜਾਈ ਗਵਾ ਲੈਂਦਾ ਹੈ। ਅਤੇ ਸਤਿਗੁਰ ਕਹਿਣ ਲੱਗੇ ਵੀ ਜਿਹੜੇ ਤੇਰੀ ਓਟ ਲੈ ਲੈਂਦੇ ਨੇ ਉਹਨਾਂ ਦੇ ਜੰਜਾਲ ਖਤਮ ਹੋ ਜਾਂਦੇ ਨੇ। ਦੀਨ ਦੁਨੀਆ ਤੇਰੀ ਟੇਕ, ਇਹ ਸਾਰੀ ਦੁਨੀਆ ਸਿਰਫ ਤੇਰਾ ਹੀ ਓਟ ਆਸਰਾ ਤੱਕਦੀ ਹੈ। ਦੀਨ ਦੁਨੀਆ ਤੇਰੀ ਟੇਕ, ਸਭ ਮੈਂ ਰਵਿਆ ਸਾਹਿਬ ਏਕ। ਉਹ ਮਾਲਕ ਪਰਮੇਸ਼ੁਰ ਇੱਕ ਹੀ ਸਾਰੀਆਂ ਥਾਵਾਂ ਦੇ ਉੱਤੇ ਬਿਰਾਜਮਾਨ ਹੈ। ਸਭ ਮੈਂ ਰਵਿਆ ਸਾਹਿਬ ਏਕ, ਅਤੇ ਸਾਹਿਬ ਕਹਿਣ ਲੱਗੇ ਉਸ ਦੀ ਟੇਕ ਲਿਆ ਜੀਵਨ ਦੇ ਵਿੱਚ ਆਨੰਦ ਆ ਜਾਂਦਾ ਹੈ। ਤੇਰੀ ਟੇਕ ਕਰੋ ਆਨੰਦ, ਤੇਰੀ ਟੇਕ ਜਪੋ ਗੁਰਮੰਤ, ਤੇਰੀ ਟੇਕ ਤੇਰਾ ਆਸਰਾ ਤੱਕਿਆ ਗੁਰੂ ਦਾ ਦਿੱਤਾ ਹੋਇਆ ਉਪਦੇਸ਼ ਜੀਵ ਜਪਣ ਲੱਗ ਪੈਂਦਾ ਹੈ। ਤੇਰੀ ਟੇਕ ਤਰੀਏ ਭਉ ਸਾਗਰ, ਉਸ ਮਾਲਕ ਦਾ ਆਸਰਾ ਤੱਕਿਆ ਓਟ ਤੱਕਿਆ। ਸਤਿਗੁਰ ਮਹਾਰਾਜ ਕਹਿੰਦੇ ਨੇ ਇਹ ਸੰਸਾਰ ਭਵਜਲ ਜਿਹੜਾ ਹੈ, ਭਾਵਨਾਵਾਂ ਦਾ ਸਾਗਰ, ਸਤਿਗੁਰ ਮਹਾਰਾਜ ਕਹਿੰਦੇ ਨੇ ਉਹ ਵੀ ਤਰਿਆ ਜਾਂਦਾ ਹੈ। ਤੇਰੀ ਟੇਕ ਤਰੀਏ ਭਉ ਸਾਗਰ, ਉਹ ਸਾਗਰ ਜਿਹੜਾ ਬੜਾ ਡਰਾਉਣਾ ਹੈ, ਡਰਾਉਂਦਾ ਪਿਆ ਹੈ ਵਿਕਾਰਾਂ ਰੂਪੀ, ਉਹ ਵੀ ਤਰ ਜਾਂਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਰੱਖਣ ਹਾਰ ਪੂਰਾ ਗੁਰਸਾਗਰ, ਅਤੇ ਨਾਲ ਸਾਹਿਬ ਕਹਿੰਦੇ ਨੇ ਤੇਰੀ ਟੇਕ ਨਾਹੀਂ ਭਉ ਕੋਏ। ਤੇਰੀ ਟੇਕ ਤੱਕਿਆਂ ਫਿਰ ਕੋਈ ਡਰ ਨਹੀਂ ਰਹਿੰਦਾ, ਅੰਤਰ ਜਾਮੀ ਸਾਚਾ ਸੋਏ। ਤੇਰੀ ਟੇਕ ਤੇਰਾ ਮਨ ਤਾਣ, ਮਨ ਦੇ ਵਿੱਚ ਬਲ ਪੈਦਾ ਹੋ ਜਾਂਦਾ। ਤੇਰੀ ਟੇਕ ਤੱਕਿਆਂ ਈਹਾਂ ਊਹਾਂ ਤੂੰ ਦੀਵਾਨ, ਇੱਥੇ ਵੀ ਅਤੇ ਅੱਗੇ ਵੀ ਤੂੰ ਹੀ ਹਿਸਾਬ ਕਿਤਾਬ ਰੱਖਣ ਵਾਲਾ ਹੈ। ਤੇਰੀ ਟੇਕ ਤੇਰਾ ਪਰਿਭਾਸ਼ਾ, ਤੇਰਾ ਓਸਰਾ ਆਸਰਾ ਤੱਕਿਆਂ, ਤੇਰਾ ਪਰਿਭਾਸ਼ਾ ਤੱਕਿਆਂ ਸਗਲ ਧਿਆਵੇ ਪ੍ਰਭ ਗੁਣ ਤਾਸਾ। ਉਸ ਮਾਲਕ ਨੂੰ ਜਪਦਿਆਂ ਅਰਾਧਦਿਆਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਪ੍ਰਭੂ ਵਾਲੇ ਗੁਣ ਉਸ ਜੀਵ ਦੇ ਅੰਦਰ ਆ ਜਾਂਦੇ ਨੇ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨਿਰਮਲੰਗ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ। ਅੱਜ ਦੇ ਪਾਵਨ ਹੁਕਮਨਾਮੇ ਦੇ ਪਹਿਲੇ ਸ਼ਲੋਕ ਦੀ ਦੂਸਰੀ ਤੁੱਕ, ਸਤਿਗੁਰੂ ਮਹਾਰਾਜ ਕਹਿੰਦੇ ਨਿਰਮਲ ਪਵਿੱਤਰ ਹੋ ਜਾਂਦਾ ਹੈ। ਅਤੇ ਖਿਆਲ ਕਰਨਾ, ਇਹ ਪਵਿੱਤਰ ਹੋਣਾ ਹੀ ਸਤਿਗੁਰੂ ਮਹਾਰਾਜ ਨੇ ਸਾਨੂੰ ਜੀਵਨ ਦੇ ਵਿੱਚ ਲਕਸ਼ ਦੱਸਿਆ ਹੈ, ਸਾਡਾ ਮਨੋਰਥ ਦੱਸਿਆ ਹੈ। ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਜਦੋਂ ਅਸੀਂ ਪਹਿਲੀ ਪੌੜੀ ਪੜ੍ਹਦੇ ਹਾਂ, ਪਹਿਲੀ ਪੌੜੀ ਦੀਆਂ ਪਹਿਲੀਆਂ ਤੁਕਾਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਉਹਨਾਂ ਲੋਕਾਂ ਦੀ ਗੱਲ ਕੀਤੀ ਹੈ
ਜਿਹੜੇ ਲੋਕ ਬਾਹਰੀ ਤੌਰ 'ਤੇ ਕਰਮ ਕਾਂਡ ਕਰਦੇ ਸਨ, ਤੀਰਥਾਂ ਦੇ ਉੱਤੇ ਇਸ਼ਨਾਨ ਕਰਦੇ ਸਨ, ਜਾਂ ਫਿਰ ਭੁੱਖਿਆਂ ਰਹਿੰਦੇ ਸਨ, ਅਤੇ ਜਾਂ ਫਿਰ ਆਪਣੀਆਂ ਸਿਆਣਪਾਂ ਚਤੁਰਾਈਆਂ ਵਰਤਦੇ ਸਨ, ਜਾਂ ਚੁੱਪ ਰਹਿੰਦੇ ਸਨ। ਇਹੋ ਜਿਹੇ ਕਰਮ ਕਾਂਡ ਜਿਹੜੇ ਲੋਕ ਕਰਦੇ ਸਨ ਰੱਬ ਦੀ ਪ੍ਰਾਪਤੀ ਵਾਸਤੇ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ। ਅਤੇ ਸਤਿਗੁਰੂ ਮਹਾਰਾਜ ਉਹ ਸਾਰੀਆਂ ਗੱਲਾਂ ਨੂੰ ਖਤਮ ਕਰਦਿਆਂ ਹੋਇਆਂ ਸਵਾਲ ਪੈਦਾ ਕਰਦੇ ਨੇ, ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ। ਸਚਿਆਰ ਦਾ ਮਤਲਬ ਵੀ ਨਿਰਮਲ ਹੁੰਦਾ ਹੈ, ਸਚਿਆਰ ਦਾ ਮਤਲਬ ਵੀ ਬਾਹਰੋਂ ਅਤੇ ਅੰਦਰੋਂ ਇੱਕੋ ਜਿਹਾ ਹੋ ਜਾਣਾ। ਜਿਹੜੀ ਗੱਲ ਨੂੰ ਮੁੱਖ ਦੇ ਵਿੱਚੋਂ ਕਹਿਣਾ, ਉਹ ਗੱਲ ਆਪਣੀ ਜ਼ਿੰਦਗੀ ਦੇ ਅੰਦਰ ਟੁਕਾ ਦੇਣਾ, ਉਹਨੂੰ ਆਪਾਂ ਸਚਿਆਰ ਕਹਿੰਦੇ ਹਾਂ। ਬਾਹਰੋਂ ਅੰਦਰੋਂ ਇੱਕੋ ਜਿਹਾ ਹੋ ਜਾਣਾ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਪਰਮੇਸ਼ਰ ਅਤੇ ਸਾਡੇ ਵਿਚਕਾਰ ਜਿਹੜੀ ਕੂੜ ਦੀ ਕੰਧ ਹੈ, ਜਿਹੜੀ ਸਾਨੂੰ ਮਾਲਕ ਨੂੰ ਪਰਮੇਸ਼ਰ ਨੂੰ ਮਹਿਸੂਸ ਨਹੀਂ ਹੋਣ ਦਿੰਦੀ, ਉਹ ਕਿਵੇਂ ਟੁੱਟੇ। ਅਤੇ ਸਤਿਗੁਰੂ ਮਹਾਰਾਜ ਨਾਲ ਫਿਰ ਉਹਦਾ ਆਂਸਰ ਵੀ ਦਿੰਦੇ ਹੈ, ਉੱਤਰ ਵੀ ਦਿੰਦੇ ਨੇ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹਰੇਕ ਦੇ ਨਾਲ ਹੀ ਇਹ ਅਟਲ ਨਿਯਮ ਲਿਖ ਕੇ ਆਉਂਦਾ ਹੈ ਵੀ ਜਿਹੜਾ ਵੀ ਜੀਵ ਉਹਦੇ ਮਾਲਕ ਦੇ ਹੁਕਮ ਦੇ ਵਿੱਚ ਚੱਲਦਾ ਹੈ ਉਹ ਸਚਿਆਰ ਹੋ ਜਾਂਦਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਮਾਲਕ ਦੀ ਓਟ ਤੱਕਿਆਂ ਮਨੁੱਖ ਪਵਿੱਤਰ ਹੋ ਜਾਂਦਾ, ਸਚਿਆਰ ਹੋ ਜਾਂਦਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੋਰ ਕਿਸੇ ਦੀ ਆਸਰਾ ਜਾਂ ਓਟ ਦੁਨੀਆ ਦੇ ਅੰਦਰ ਨਾ ਜੇ ਤੱਕੀ। ਸਾਹਿਬ ਕਹਿੰਦੇ ਨੇ ਕਹਿਣੇ ਕਥਨ ਨਾ ਭੀਜੈ ਗੋਬਿੰਦ, ਹਰ ਭਾਵੇ ਪੈਜ ਰਖਾਈਐ, ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਏ। ਸਭ ਕਹਿਣ ਲੱਗੇ ਮੈਂ ਹੋਰ ਵੀ ਦੁਨੀਆ ਦੇ ਅੰਦਰ ਕਿਸੇ ਦੂਸਰੇ ਦੀ ਓਟ ਲੈਂਦਿਆਂ ਵੇਖਿਆ, ਪਰ ਅਖੀਰ ਉਹ ਆਸਰਾ ਉਹਦਾ ਨਿਫਲ ਚਲਾ ਗਿਆ। ਇੱਕ ਤੇਰੀ ਓਟ ਰਹਾਈਏ, ਇੱਕ ਤੇਰੀ ਹੀ ਓਟ ਜਿਹੜੀ ਹੈ ਉਹ ਮੈਨੂੰ ਸਦੀਵੀ ਲੱਗੀ ਹੈ, ਵੀ ਜਿਹਦਾ ਆਸਰਾ ਤੱਕਿਆਂ ਜੀਵਨ ਪਵਿੱਤਰ ਹੋ ਜਾਂਦਾ ਹੈ, ਜੀਵਨ ਨਿਰਮਲ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਾਣ ਨਿਮਾਣੇ ਤੂੰ ਧਣੀ, ਤੇਰਾ ਪਰਵਾਸਾ ਬਿਨ ਸਾਚੇ ਅੰਨ ਟੇਕ ਹੈ, ਸੋ ਜਾਣੂ ਕਾਚਾ। ਬਿਨਾਂ ਪਰਮੇਸ਼ੁਰ ਸਦੀਵੀ ਪਰਮੇਸ਼ੁਰ ਦੀ ਆਸਰਾ ਤੱਕਿਆਂ ਟੇਕ ਤੱਕੇ ਤੋਂ ਬਿਨਾਂ, ਸਤਿਗੁਰੂ ਮਹਾਰਾਜ ਕਹਿਣ ਲੱਗੇ ਬਾਕੀ ਜਿਤਨੀਆਂ ਵੀ ਆਸਰਾਵਾਂ ਨੇ ਜੋ ਮਨੁੱਖ ਲੈਂਦਾ ਹੈ, ਸੋ ਜਾਣੂ ਕਾਚਾ, ਉਹ ਕੱਚੀਆਂ ਨੇ। ਅੱਜ ਕੋਈ ਸਹਾਰਾ ਦੇ ਦੇਵੇਗਾ ਪਰਤ ਕੇ, ਕੱਲ੍ਹ ਨੂੰ ਸਹਾਰਾ ਬੰਦ ਹੋ ਜਾਏਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਹੜੇ ਮਾਲਕ ਪਰਮੇਸ਼ੁਰ ਦੀ ਓਟ ਲੈਂਦੇ ਨੇ ਉਹ ਨਿਰਮਲ ਹੋ ਜਾਂਦੇ ਨੇ। ਫਿਰ ਦੂਸਰੇ ਸ਼ਲੋਕ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ। ਘਾਮ ਦਾ ਅਰਥ ਹੁੰਦਾ ਹੈ ਮਨ ਦੀ ਤਪਸ਼, ਜਿਹੜੀ ਵਿਕਾਰਾਂ ਨੇ ਮਨੁੱਖ ਦੇ ਮਨ ਦੇ ਵਿੱਚ ਪੈਦਾ ਕੀਤੀ ਹੋਈ ਹੈ। ਮੂਲ ਨਾ ਮਿਟਈ, ਮੁੰਡ ਤੋਂ ਹੀ ਉਹ ਮਨ ਦੀ ਤਪਸ਼ ਮਨੁੱਖ ਦੀ ਖਤਮ ਨਹੀਂ ਹੁੰਦੀ। ਅਤੇ ਮਨੁੱਖ ਯਤਨ ਕਿਹੜੇ ਕਰਦਾ ਹੈ, ਮਨੁੱਖ ਕਿਹੜੇ ਯਤਨਾਂ ਦੇ ਰਾਹੀਂ ਮਨ ਦੀ ਤਪਸ਼ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਤਿਗੁਰ ਨੇ ਆਰੰਭ ਵਿੱਚ ਕਹਿ ਦਿੱਤਾ ਵੀ ਚੰਦਨ ਚੰਦਨ ਬੜਾ ਠੰਡਾ ਹੁੰਦਾ ਹੈ। ਅਕਸਰ ਆਪਨੇ ਸੁਣਿਆ ਹੋਵੇਗਾ ਕਿ ਚੰਦਨ ਦੇ ਦਰੱਖਤ ਦੇ ਨਾਲ ਜ਼ਹਿਰੀਲੇ ਸੱਪ ਜਿਹੜੇ ਨੇ ਉਹ ਲਿਪਟੇ ਰਹਿੰਦੇ ਨੇ। ਉਹਦਾ ਕਾਰਨ ਇਹ ਹੁੰਦਾ ਵੀ ਜਿਹੜਾ ਸੱਪ ਹੈ ਉਹਦੇ ਅੰਦਰ ਜ਼ਹਿਰ ਹੈ, ਅਤੇ ਅੰਦਰਲੀ ਜ਼ਹਿਰ ਉਸ ਸੱਪ ਨੂੰ ਆਪਣੇ ਆਪ ਨੂੰ ਬਹੁਤ ਪਰੇਸ਼ਾਨ ਕਰਦੀ ਹੈ। ਸੱਪ ਕਿਸੇ ਦੇ ਕੋਲੋਂ ਜ਼ਹਿਰ ਲੈਂਦਾ ਨਹੀਂ, ਜ਼ਹਿਰ ਦਿੰਦਾ ਹੈ, ਪਰ ਉਹਦੀ ਆਪਣੇ ਅੰਦਰਲੀ ਜ਼ਹਿਰ ਹੀ ਉਹਨੂੰ ਸਤਾਉਂਦੀ ਹੈ, ਤੰਗ ਕਰਦੀ ਹੈ। ਅਤੇ ਉਸ ਜ਼ਹਿਰ ਨੂੰ ਸ਼ਾਂਤ ਕਰਨ ਵਾਸਤੇ ਉਹ ਚੰਦਨ ਦੇ ਦਰੱਖਤ ਦੇ ਨਾਲ ਲਪੇਟਾ ਲਾ ਕੇ ਜੀਵਨ ਗੁਜ਼ਾਰਦਾ ਹੈ, ਕਿਉਂਕਿ ਚੰਦਨ ਜਿਹੜਾ ਹੈ ਉਹ ਠੰਡਾ ਹੈ। ਦੂਸਰਾ ਚੰਦਨ ਚੰਦ ਚੰਦ ਜਿਹੜਾ ਹੈ ਰੋਸ਼ਨੀ ਦੇਣ ਵਾਲਾ ਸੋਮਾ, ਸੂਰਜ ਵੀ ਰੋਸ਼ਨੀ ਦਿੰਦਾ ਹੈ, ਪਰ ਯਾਦ ਰੱਖਿਓ ਸੂਰਜ ਦੀ
ਰੋਸ਼ਨੀ ਜਿਹੜੀ ਹੈ ਉਹ ਗਰਮ ਹੈ। ਚੰਦਰਮਾ ਦੀ ਰੋਸ਼ਨੀ ਜਿਹੜੀ ਹੈ ਉਹ ਸੁਹਾਵਣੀ ਹੈ, ਠੰਡੀ ਹੈ। ਕੋਈ ਵੀ ਮਨੁੱਖ ਸੂਰਜ ਦੀ ਰੋਸ਼ਨੀ ਥੱਲੇ ਖੜ੍ਹਾ ਨਹੀਂ ਹੁੰਦਾ। ਜਿੱਥੇ ਦੇਸ਼ਾਂ ਦੇ ਵਿੱਚ ਬਹੁਤੀ ਗਰਮੀ ਹੈ, ਉਹਨਾਂ ਦੇਸ਼ਾਂ ਦੇ ਵਿੱਚ ਕਦੀ ਮਨੁੱਖ ਸੂਰਜ ਦੇ ਥੱਲੇ ਨਹੀਂ ਖੜਾਉਂਦਾ। ਜੇ ਕਿਤੇ ਤੁਰਨਾ ਵੀ ਪੈ ਜਾਏ ਤਾਂ ਕੋਈ ਨਾ ਕੋਈ ਪ੍ਰਬੰਧ ਇਹੋ ਜਿਹਾ ਕਰ ਲੈਂਦਾ ਹੈ ਕਿ ਮੈਂ ਸੂਰਜ ਦੀਆਂ ਕਿਰਨਾਂ ਤੋਂ ਬਚ ਸਕਾਂ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਚੰਦਰਮਾ ਹੈ ਉਹ ਠੰਡਕ ਵਾਲੀ ਰੋਸ਼ਨੀ ਦਿੰਦਾ ਹੈ। ਹੁਣ ਮਨੁੱਖ ਚੰਦਨ ਦਾ ਲੇਪਣ ਕਰਦਾ ਸੀ ਆਪਣੇ ਸਰੀਰ ਦੇ ਉੱਤੇ, ਦੂਸਰਾ ਸਾਧਨ ਵਰਤਦਾ ਸੀ ਮਨ ਦੀ ਤਪਸ਼ ਨੂੰ ਖਤਮ ਕਰਨ ਵਾਸਤੇ ਚੰਦਰਮੇ ਦੀ ਰੋਸ਼ਨੀ ਦੇ ਵਿੱਚ, ਅਤੇ ਜਾਂ ਫਿਰ ਤੀਸਰਾ ਜਿਹੜਾ ਯਤਨ ਕਰਦਾ ਹੈ ਸਰਦ ਰੁੱਤ। ਸਰਦ ਰੁੱਤ ਦਾ ਅਰਥ ਹੈ ਵੀ ਮਨੁੱਖ ਪੁਰਾਣੇ ਸਮਿਆਂ ਦੇ ਵਿੱਚ, ਕਿਉਂਕਿ ਅੱਜ ਦੀ ਤਰ੍ਹਾਂ ਗਰਮੀ ਤੋਂ ਬਚਣ ਦੇ ਸਾਧਨ ਨਹੀਂ ਸਨ, ਅਤੇ ਮਨੁੱਖ ਕੀ ਕਰਦਾ ਸੀ ਵੀ ਆਪਣੇ ਇਲਾਕੇ ਨੂੰ ਛੱਡ ਕੇ ਠੰਡੇ ਇਲਾਕੇ ਦੇ ਵਿੱਚ ਚਲੇ ਜਾਂਦਾ ਸੀ ਵੀ ਉਸ ਸਥਾਨ ਦੇ ਉੱਤੇ ਜਾ ਕਰਕੇ ਮੈਂ ਆਪਣੇ ਜੀਵਨ ਦੇ ਇਹ ਦਿਨ ਕੱਟ ਲਵਾਂ। ਅਤੇ ਅੱਜ ਕੱਲ੍ਹ ਕੀ ਹੁੰਦਾ ਵੀ ਅੱਜ ਕੱਲ੍ਹ ਮਨੁੱਖ ਨੇ ਏਅਰ ਕੰਡੀਸ਼ਨ ਲਾ ਲੈ, ਕੂਲਰ ਪੱਖੇ ਏਸੀ ਲਾ ਲੈ, ਉਹਦੇ ਨਾਲ ਉਹ ਸਰਦ ਜਿਹੜੀ ਹੈ, ਠੰਡ ਜਿਹੜੀ ਹੈ ਉਹ ਪੈਦਾ ਕਰ ਲੈਂਦਾ ਹੈ ਅਤੇ ਬਾਹਰੀ ਤਪਸ਼ ਤੋਂ, ਬਾਹਰੀ ਗਰਮੀ ਤੋਂ ਬਚ ਜਾਂਦਾ ਹੈ। ਸਤਿਗੁਰੂ ਮਹਾਰਾਜ ਸਪਸ਼ਟ ਕਰਦੇ ਨੇ ਉਸ ਮਨੁੱਖ ਨੂੰ ਜਿਹੜਾ ਚੰਦਨ ਦਾ ਲੇਪਣ ਕਰਦਾ ਹੈ, ਚੰਦਰਮੇ ਦੀ ਰੋਸ਼ਨੀ ਦੇ ਵਿੱਚ ਰਹਿੰਦਾ ਹੈ, ਜਾਂ ਫਿਰ ਇਨਵਾਇਰਮੈਂਟ ਨੂੰ ਠੰਡਾ ਕਰਕੇ ਰਹਿਣਾ ਚਾਹੁੰਦਾ ਹੈ, ਸਤਿਗੁਰੂ ਉਹਨੂੰ ਸਪਸ਼ਟ ਕਰਦੇ ਨੇ ਵੀ ਸੱਜਣਾ ਇਹ ਬਾਹਰੀ ਤੌਰ 'ਤੇ ਸਰੀਰ ਨੂੰ ਤਾਂ ਠੰਡਾ ਕਰ ਸਕਦੇ ਨੇ, ਪਰ ਯਾਦ ਰੱਖੀ ਮਨ ਦੀ ਤਪਸ਼ ਨੂੰ ਇਹ ਖਤਮ ਨਹੀਂ ਜੇ ਕਰਨਗੇ। ਮੂਲ ਨਾ ਮਿਟਈ ਘਾਮ, ਮਨ ਦੀ ਤਪਸ਼ ਜਿਹੜੀ ਆ ਉਹ ਮੂਲੋਂ ਵੀ ਉੱਕਾ ਹੀ ਖਤਮ ਨਹੀਂ ਹੋਏਗੀ, ਕਿਉਂਕਿ ਉਹ ਅੰਦਰੋਂ ਹੈ, ਉਹ ਅੰਦਰਲੀ ਤਪਸ਼ ਹੈ। ਅਤੇ ਅੰਦਰਲੀ ਤਪਸ਼ ਜਿਹੜੀ ਹੈ ਉਹਨੂੰ ਖਤਮ ਕਰਨ ਵਾਸਤੇ ਇੱਕੋ ਇੱਕ ਢੰਗ ਹੈ, ਉਹ ਸਤਿਗੁਰੂ ਮਹਾਰਾਜ ਨਾਲ ਹੀ ਕਹਿੰਦੇ ਨੇ, ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਪਰਮੇਸ਼ਰ ਦਾ ਨਾਮ ਜਪਿਆਂ ਹੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ, ਸੀਤਲ ਹੁੰਦਾ ਹੈ, ਹੋਰ ਕੋਈ ਸਾਧਨ ਨਹੀਂ ਹੈ। ਸਤਿਗੁਰੂ ਮਹਾਰਾਜ ਵੀ ਪਾਵਨ ਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ, ਸਾਹਿਬ ਕਹਿੰਦੇ ਨੇ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਇਹ ਦੁਨੀਆ ਆਤਿਸ਼ ਭਾਵ ਅੱਗ ਦਾ ਗੋਲਾ ਹੈ, ਕਿਉਂਕਿ ਦੁਨੀਆ ਦੇ ਵਿੱਚ ਵਿਕਾਰ ਨੇ ਅਤੇ ਉਹ ਵਿਕਾਰ ਮਨ ਨੂੰ ਗਰਮੀ ਪੈਦਾ ਕਰਦੇ ਨੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਖੁਨਕ ਨਾਮ ਖੁਦਾਇਆ, ਖੁਦਾ ਦਾ ਨਾਮ ਜਿਹੜਾ ਹੈ ਉਹ ਠੰਡਾ ਹੈ। ਖੁਨਕ ਦਾ ਮਤਲਬ ਠੰਡਾ, ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਠੰਡਾ ਹੈ, ਉਹ ਮਨ ਵਿੱਚ ਸ਼ਾਂਤੀ ਪੈਦਾ ਕਰ ਸਕਦਾ ਹੈ, ਸੀਤਲਤਾ ਪੈਦਾ ਕਰ ਸਕਦਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮੈਂ ਇਸ ਸੰਸਾਰ ਨੂੰ ਜਲਦਿਆਂ ਹੋਇਆਂ, ਬਲਦਿਆਂ ਹੋਇਆਂ ਤੱਕਿਆ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਜਲਦੇ ਹੋਏ, ਇਸ ਬਲਦੇ ਹੋਏ ਸੰਸਾਰ ਨੂੰ ਜੇ ਕੋਈ ਠੰਡਾ ਕਰ ਸਕਦਾ ਹੈ ਤਾਂ ਗੁਰੂ ਦਾ ਦਿੱਤਿਆ ਹੋਇਆ ਸ਼ਬਦ ਜਿਹੜਾ ਹੈ ਉਹ ਕਰ ਸਕਦਾ ਹੈ। ਬਲ ਤੋਂ ਜਲ ਤੋਂ ਤੌਕਿਆ, ਗੁਰ ਸੀਤ ਗੁਰ ਚੰਦਨ ਸੀਤ ਲਾਇਓ। ਗੁਰੂ ਜਿਹੜਾ ਹੈ ਉਹ ਚੰਦਨ ਦੀ ਨਿਆਈ ਠੰਡਾ ਪਰਮੇਸ਼ੁਰ ਦਾ ਨਾਮ ਬਖਸ਼ਿਸ਼ ਕਰ ਦਿੰਦਾ ਹੈ ਅਤੇ ਉਹ ਸੀਤਲਤਾ ਜਿਹੜੀ ਹੈ ਉਹ ਪੈਦਾ ਕਰ ਦਿੰਦਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹਿ ਸੀਤਲੰਗ ਚੰਦਰ ਦੇਵੈ, ਨਹਿ ਸੀਤਲੰਗ ਬਾਵਨ ਚੰਦਨੈ। ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸਲੋਕ ਸੰਸਕ੍ਰਿਤੀ ਦੇ ਵਿੱਚ ਇਹ ਫਰਮਾਨ ਕਰਦੇ ਨੇ, ਕਹਿੰਦੇ ਨੇ ਨਾ ਤਾਂ ਚੰਦਰਮਾ ਮਨੁੱਖ ਦੇ ਮਨ ਨੂੰ ਸੀਤਲਤਾ ਦੇ ਸਕਦਾ ਹੈ, ਨਾ ਹੀ ਬਾਵਨ ਚੰਦਨੈ, ਕਿਉਂਕਿ ਚੰਦਨ ਦਾ ਦਰਖਤ 52 ਉਂਗਲਾਂ ਉੱਚਾ ਹੁੰਦਾ ਹੈ, ਭਾਵ ਕੋਈ ਬਹੁਤਾ ਉੱਚਾ ਨਹੀਂ ਹੁੰਦਾ ਪਰ ਠੰਡਾ ਹੁੰਦਾ ਹੈ। ਉਹ ਠੰਡ ਕੇਵਲ ਸਰੀਰ ਨੂੰ ਦੇ ਸਕਦਾ ਹੈ ਪਰ ਮਨ ਨੂੰ ਨਹੀਂ। ਸਤਿਗੁਰੂ ਕਹਿੰਦੇ ਲੱਗੇ ਬਹਿ ਨਹਿ ਸੀਤਲੰਗ ਬਾਵਨ ਚੰਦਨੈ, ਮਨ ਦੀ ਸੀਤਲਤਾ ਚੰਦਨ ਦੇ ਕੋਲ ਵੀ ਨਹੀਂ ਹੈ। ਨਹਿ ਸੀਤਲੰਗ ਸੀਤ ਰੁਤੇਣ, ਸਰਦ ਰੁੱਤ ਜਿਹੜੀ ਹੈ ਉਹ ਵੀ ਮਨ ਨੂੰ ਸ਼ਾਂਤੀ ਨਹੀਂ ਦੇ ਸਕਦੀ। ਨਾਨਕ ਸੀਤਲੰਗ ਸਾਧ ਸਵਜਨ ਹੈ। ਸਾਹਿਬ ਕਹਿਣ ਲੱਗੇ ਵੀ ਜੇ ਸੀਤਲਤਾ ਚਾਹੁੰਦੇ ਆ ਮਨ ਦੀ, ਅਤੇ ਮਨ ਦੀ ਸੀਤਲਤਾ ਦੇ ਵਾਸਤੇ ਇੱਕੋ ਹੀ ਹੈ ਵੀ ਸਤਸੰਗਤ ਵਿੱਚ ਜਾ ਕੇ
ਉਸ ਮਾਲਕ ਦਾ, ਉਸ ਪਰਮੇਸ਼ਰ ਦੇ ਨਾਮ ਨੂੰ ਜਿਹੜਾ ਇਹ ਜਪਣਾ ਕਰ। ਅਤੇ ਕਈ ਵਾਰ ਕੀ ਹੁੰਦਾ, ਮਨੁੱਖ ਬਾਹਰੀ ਤੌਰ 'ਤੇ ਤਾਂ ਕਰਮ ਬਹੁਤ ਕਰਦਾ ਹੈ, ਬਾਹਰੀ ਤੌਰ 'ਤੇ ਤਾਂ ਬੜੇ ਯਤਨ ਕਰਦਾ ਹੈ ਵੀ ਮੈਂ ਆਪਣੇ ਜੀਵਨ ਦੇ ਅੰਦਰ ਸ਼ੀਤਲਤਾ ਪੈਦਾ ਕਰ ਲਵਾਂ, ਪਰ ਅਸਲ ਦੇ ਵਿੱਚ ਸ਼ੀਤਲਤਾ ਆਉਂਦੀ ਨਹੀਂ ਹੈ। ਔਰ ਕਈਆਂ ਨੇ ਤਾਂ ਆਪਣਾ ਨਾਮ ਵੀ ਇਹੋ ਜਿਹਾ ਰਖਾਇਆ ਹੁੰਦਾ ਹੈ, ਪਰ ਅੰਦਰ ਜਿਹੜੀ ਹੈ ਸ਼ਾਂਤੀ ਨਹੀਂ ਹੁੰਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਕਤ ਇੱਕ ਗੁਰੂ ਕਾ ਪਿਆਰਾ ਸੁਥਰੇ ਸ਼ਾਹ, ਜਿਹਦੀਆਂ ਆਪ ਜੀ ਨੇ ਬਹੁਤ ਵਾਰੀ ਗਥਾਵਾਂ ਸੁਣੀਆਂ ਨੇ, ਸੁਥਰੇ ਸ਼ਾਹ ਦੇ ਕੋਲ ਇੱਕ ਫਕੀਰ ਬੈਠਾ ਹੋਇਆ ਸੀ। ਅਤੇ ਉਹ ਫਕੀਰ, ਉਹਦਾ ਨਾਮ ਸੀ ਸ਼ੀਤਲ ਦਾਸ। ਸੁਥਰੇ ਸ਼ਾਹ ਉਹਨੂੰ ਪੁੱਛਦਾ ਹੈ, ਕਹਿੰਦਾ ਵੀ ਤੁਹਾਡਾ ਨਾਮ ਕੀ ਹੈ? ਕਹਿਣ ਲੱਗਾ, ਜੀ ਮੇਰਾ ਨਾਮ ਸ਼ੀਤਲ ਦਾਸ। ਸ਼ੀਤਲ ਦਾ ਮਤਲਬ ਠੰਡਾ, ਵੀ ਮੈਂ ਠੰਡਾ ਹਾਂ। ਸੁਥਰੇ ਸ਼ਾਹ ਜਿਹੜਾ ਕਿ ਅਨਵੇਕਲੇ ਢੰਗ ਦੇ ਨਾਲ ਪ੍ਰਚਾਰ ਕਰਿਆ ਕਰਦਾ ਸੀ ਗੁਰੂ ਦੇ ਗੁਣਾਂ ਦਾ, ਗੁਰੂ ਦੇ ਸ਼ਬਦ ਦਾ। ਹੁਣ ਸੁਥਰੇ ਸ਼ਾਹ ਉਸ ਸ਼ੀਤਲ ਦਾਸ ਨੂੰ ਉਂਗਲ ਲਾ ਕੇ ਦੇਖਿਆ ਕਰੇ, ਉਂਗਲ ਲਾਵੇ ਅਤੇ ਪਰਤ ਕੇ ਉਹਦਾ ਧਿਆਨ ਖਿੱਚਿਆ ਜਾਵੇ ਸ਼ੀਤਲ ਦਾਸ ਦਾ। ਦੋ ਕੁ ਵਾਰੀ ਜਦੋਂ ਸੁਥਰੇ ਸ਼ਾਹ ਨੇ ਇਸ ਤਰ੍ਹਾਂ ਕੀਤਾ ਅਤੇ ਉਹਦੇ ਵੱਲ ਅੱਖਾਂ ਕੱਢ ਕੇ ਵੇਖੇ ਵੀ ਇਹ ਮੈਨੂੰ ਵਾਰ ਵਾਰ ਉਂਗਲ ਲਾਈ ਜਾਂਦਾ, ਵਾਰ ਵਾਰ ਉਂਗਲ ਲਾਈ ਜਾਂਦਾ, ਕਿਉਂ ਲਾਉਂਦਾ ਏ? ਅਤੇ ਸੁਥਰੇ ਸ਼ਾਹ ਫਿਰ ਉਹਨੂੰ ਉਂਗਲ ਲਾ ਕੇ ਕਹਿਣ ਲੱਗਾ, ਤੇਰਾ ਨਾਮ ਕੀ ਹੈ? ਉਹ ਕਹਿਣ ਲੱਗਾ, ਸ਼ੀਤਲ ਦਾਸ। ਉਹਨੇ ਆਪਣਾ ਮੁੱਖ ਪਰੇ ਨੂੰ ਕੀਤਾ ਅਤੇ ਸੁਥਰੇ ਸ਼ਾਹ ਨੇ ਫਿਰ ਉਹਨੂੰ ਉਂਗਲ ਲਾਈ, ਫਿਰ ਉਹਨੂੰ ਉਂਗਲ ਲਾਈ। ਜਦੋਂ ਦੋ ਤਿੰਨ ਵਾਰੀ ਉਂਗਲ ਲਾਈ ਅਤੇ ਪਰਤ ਕੇ ਮੁੜ ਪੁੱਛਿਆ ਕਿ ਤੁਹਾਡਾ ਨਾਂ ਕੀ ਹੈ? ਉਹ ਕਹਿਣ ਲੱਗਾ, ਜੀ ਮੇਰਾ ਨਾਮ ਸ਼ੀਤਲ ਦਾਸ, ਮੈਂ ਤੁਹਾਨੂੰ ਕਹਿ ਤਾਂ ਦਿੱਤਾ। ਔਰ ਉਹਨੇ ਬੜੇ ਗੁੱਸੇ ਦੇ ਵਿੱਚ, ਬੜੇ ਅੱਗ ਬਲੂਲਾ ਹੋ ਕੇ ਕਿਹਾ, ਕਹਿਣ ਲੱਗੇ, ਤੈਨੂੰ ਪਤਾ ਨਹੀਂ ਲੱਗਦਾ ਮੈਂ ਤੈਨੂੰ ਕਿੰਨੀ ਵਾਰ ਦੱਸ ਦਿੱਤਾ ਵੀ ਮੇਰਾ ਨਾਮ ਸ਼ੀਤਲ ਦਾਸ ਹੈ, ਅਤੇ ਤੂੰ ਮੈਨੂੰ ਉਂਗਲ ਕਾਹਤੇ ਲਾਈ ਜਾਂਦਾ ਏ? ਸੁਥਰੇ ਸ਼ਾਹ ਮੁਸਕਰਾ ਕੇ ਕਹਿਣ ਲੱਗਾ ਵੀ ਸੱਜਣਾ, ਤੇਰਾ ਨਾਂ ਹੀ ਸ਼ੀਤਲ ਦਾਸ ਹੈ, ਉਂਗਲ ਮੈਂ ਤਾਂ ਲਾਉਂਦਾ ਸੀ, ਮੈਂ ਦੇਖਦਾ ਸੀ ਵੀ ਤੇਰੇ ਅੰਦਰ ਸ਼ੀਤਲਤਾ ਕਿੰਨੀ ਕੁ ਹੈ, ਠੰਡ ਕਿੰਨੀ ਕੁ ਹੈ, ਪਰ ਤੇਰੇ ਅੰਦਰ ਠੰਡ ਤਾਂ ਹੈ ਹੀ ਨਹੀਂ, ਤੂੰ ਤਾਂ ਮਾੜੀ ਜਿਹੀ ਗੱਲ ਤੇ ਉੱਤੇ ਅੱਗ ਬਲੂਲਾ ਹੋ ਗਿਆ, ਗੁੱਸੇ ਦੇ ਵਿੱਚ ਆ ਗਿਆ, ਤੂੰ ਆਪਣਾ ਅੰਦਰਲਾ ਪ੍ਰਗਟ ਕਰ ਦਿੱਤਾ, ਤੇਰੇ ਅੰਦਰ ਤਾਂ ਗਰਮੀ ਦਾ ਗੁਬਾਰ ਚੜਿਆ ਹੋਇਆ ਹੈ, ਤੂੰ ਹੱਥ ਲਾਉਣ ਦੇ ਨਾਲ ਹੀ ਆਪਣਾ ਆਪ ਗਰਮ ਕਰ ਲਿਆ ਗੁੱਸੇ ਦੇ ਵਿੱਚ ਆ ਕਰਕੇ, ਤੇਰਾ ਨਾਮ ਸ਼ੀਤਲ ਦਾਸ ਨਹੀਂ ਹੋਣਾ ਚਾਹੀਦਾ। ਖਿਆਲ ਕਰਨਾ, ਕੋਈ ਆਪਣਾ ਨਾਮ ਰੱਖਾ ਕੇ ਸ਼ੀਤਲ ਦਾਸ ਨਹੀਂ ਹੁੰਦਾ, ਅਸਲ ਦੇ ਵਿੱਚ ਉਸ ਪਰਮੇਸ਼ਰ ਦੇ ਗੁਣ ਗਾਇਆ ਹੀ ਮਨੁੱਖ ਸ਼ੀਤਲ ਹੋ ਸਕਦਾ ਹੈ। ਅਤੇ ਸਤਿਗੁਰੂ ਮਹਾਰਾਜ ਪੌੜੀ ਦੇ ਵਿੱਚ ਫਿਰ ਬਖਸ਼ਿਸ਼ ਕਰਦੇ ਨੇ, ਸਾਹਿਬ ਕਹਿੰਦੇ ਨੇ, ਚਰਨ ਕਮਲ ਕੀ ਓਟ ਉਦਰੈ ਸਗਲ ਜਨ, ਚਰਨ ਕਮਲ ਕੀ ਓਟ। ਓਟ ਪਹਿਲਾ ਸ਼ਬਦ ਵੀ ਆਇਆ, ਓਟ ਦਾ ਮਤਲਬ ਹੁੰਦਾ ਆਸਰਾ। ਚਰਨ ਕਮਲ ਕੀ ਓਟ, ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਾਰੇ ਜੀਵ ਉਦਰੇ ਸਗਲ ਜਨ, ਦੁਨੀਆਂ ਦੀ ਵਿਕਾਰਾਂ ਦੀ ਤਪਸ਼ ਦੇ ਵਿੱਚੋਂ ਬਚ ਸਕਦੇ ਨੇ। ਜਿਹੜਾ ਵੀ ਜੀਵ ਉਸ ਮਾਲਕ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਲਏਗਾ, ਚਰਨ ਕਮਲ ਕੀ ਓਟ ਉਦਰੇ ਸਗਲ ਜਨ, ਉਹਨਾਂ ਸਾਰੇ ਜੀਵਾਂ ਦਾ ਉਧਾਰ ਜਿਹੜਾ ਹੈ ਉਹ ਹੋ ਜਾਏਗਾ। ਕਿਉਂਕਿ ਓਟ ਤੇ ਮਾਲਕ ਦੀ ਹੈ ਨਾ, ਆਸਰਾ ਤੇ ਮਾਲਕ ਦਾ ਹੀ ਹੈ, ਅਤੇ ਜਿਹੜਾ ਜਿਹੜਾ ਵੀ ਉਹ ਲੈ ਲੈਂਦਾ ਹੈ ਉਹਨਾਂ ਦਾ ਉਧਾਰ ਹੋ ਜਾਂਦਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਚਰਨ ਕਮਲ ਹਿਰਦੇ ਵਸੇ ਸੰਕਟ ਸਭ ਖੂਬੈ, ਉਹਨਾਂ ਦੇ ਸੰਕਟ ਖਤਮ ਹੋ ਜਾਂਦੇ ਨੇ ਜਿਹੜੇ ਉਸ ਮਾਲਕ ਦੇ ਚਰਨ ਕਮਲਾਂ ਦੀ ਓਟ ਲੈ ਲੈਂਦੇ ਨੇ, ਹਿਰਦੇ ਦੇ ਵਿੱਚ ਇੱਕ ਆਸ ਬਣਾ ਲੈਂਦੇ ਨੇ, ਉਹਨਾਂ ਦੇ ਸੰਕਟ ਖਤਮ ਹੋ ਜਾਂਦੇ ਨੇ। ਗੁਰਪੂਰਾ ਜਿਸ ਭੇਟੀ ਹੈ ਮਰ ਜਨਮ ਨਾ ਰੋਵੈ, ਜਿਹਨੂੰ ਪੂਰਾ ਗੁਰੂ ਮਿਲ ਜਾਵੇ, ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਹਨਾਂ ਦਾ ਜਨਮ ਮਰਨਾ ਖਤਮ ਹੋ ਜਾਂਦਾ, ਉਹ ਫਿਰ ਜਨਮ ਮਰਨ ਦੇ ਰੋਣੇ ਤੋਂ ਬਚ ਜਾਂਦੇ ਨੇ। ਮਰ ਜਨਮ ਨਾ ਰੋਵੈ, ਉਹਨਾਂ ਦਾ ਰੋਣਾ ਖਤਮ ਹੋ ਜਾਂਦਾ ਹੈ। ਜਿਹੜੇ ਮਾਲਕ ਦੇ ਚਰਨਾਂ ਦੀ ਓਟ ਆਸਰਾ ਤੱਕ ਲੈਂਦੇ ਨੇ,
ਉਹ ਤਾਂ ਫਿਰ ਜੀਵਨ ਦੇ ਅੰਦਰ ਨਾ ਕਿਸੇ ਰਾਜ ਦੀ ਚਾਹਤ ਰੱਖਦੇ ਨੇ। ਦੁਨੀਆ ਦੇ ਅੰਦਰ ਇਹੀ ਮਨੁੱਖ ਚਾਹੁੰਦਾ ਵੀ ਮੈਨੂੰ ਰਾਜ ਮਿਲ ਜਾਏ। ਫਿਰ ਮਨੁੱਖ ਦੇ ਅੰਦਰ ਦੂਸਰੀ ਬੜੀ ਪ੍ਰਬਲ ਇੱਛਾ ਹੁੰਦੀ ਹੈ ਕਿ ਮੈਨੂੰ ਮੁਕਤੀ ਮਿਲ ਜਾਵੇ। ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਜਿਨ੍ਹਾਂ ਨੇ ਮਾਲਕ ਦੇ ਚਰਨਾਂ ਦਾ ਊਟ ਆਸਰਾ ਤੱਕ ਲਿਆ ਨਾ, ਉਹ ਤਾਂ ਫਿਰ ਕਹਿ ਅਖਟਦੇ ਨੇ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਉਹ ਨਾ ਰਾਜ ਨੂੰ ਚਾਹੁੰਦੇ ਨੇ, ਨਾ ਮੁਕਤੀ ਨੂੰ ਚਾਹੁੰਦੇ ਨੇ। ਉਹਨਾਂ ਦਾ ਮਨ ਤਾਂ ਉਸ ਮਾਲਕ ਦੇ ਚਰਨ ਕਮਲਾਂ ਦੀ ਪ੍ਰੀਤੀ ਦੇ ਵਿੱਚ ਬੱਝਾ ਰਹਿੰਦਾ ਹੈ, ਉਹ ਮਾਲਕ ਦੇ ਨਾਲ ਜੁੜੇ ਰਹਿੰਦੇ ਨੇ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ। ਸੁਣ ਪ੍ਰਤਾਪ ਗੋਬਿੰਦ, ਗੋਬਿੰਦ ਦੀ ਵਡਿਆਈ, ਪ੍ਰਤਾਪ ਦਾ ਮਤਲਬ ਹੁੰਦਾ ਵਡਿਆਈ, ਸੁਣ ਸੁਣਨਾ। ਗੋਬਿੰਦ ਦੀ ਵਡਿਆਈ ਸੁਣ ਕੇ ਬੰਦਗੀ ਵਾਲਿਆਂ ਦੇ ਮਨ ਨਿਡਰ ਹੋ ਜਾਂਦੇ ਨੇ। ਨਿਰਭਉ, ਨਿਰਭਉ ਦਾ ਮਤਲਬ ਹੁੰਦਾ ਡਰ ਤੋਂ ਰਹਿਤ, ਨਿਡਰ। ਉਹ ਨਿਡਰ ਹੋ ਜਾਂਦੇ ਉਹਨਾਂ ਦੇ ਮਨ ਜਿਹੜੇ ਗੋਬਿੰਦ ਦੀ ਵਡਿਆਈ ਸੁਣਦੇ ਨੇ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਸ ਪਰਮੇਸ਼ਰ ਦਾ ਜਿਹੜਾ ਇੱਕ ਬਹੁਤ ਵੱਡਾ ਗੁਣ ਹੈ, ਜਦੋਂ ਆਪਾਂ ਮੂਲ ਮੰਤਰ ਵੀ ਪੜ੍ਹਦੇ ਹਾਂ, ਕਿਉਂਕਿ ਮੂਲ ਮੰਤਰ ਦੇ ਅੰਦਰ ਵਿੱਚ ਵੀ ਸਤਿਗੁਰ ਨੇ ਉਸ ਮਾਲਕ ਦੇ ਗੁਣਾਂ ਦਾ ਬਿਆਨ ਕੀਤਾ ਹੈ, ਅਤੇ ਉਹਨਾਂ ਗੁਣਾਂ ਦੇ ਵਿੱਚੋਂ ਨਿਰਭਉ ਵੀ ਇੱਕ ਮਾਲਕ ਦਾ ਗੁਣ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਹੜੇ ਉਸ ਮਾਲਕ ਗੋਬਿੰਦ ਦੇ ਵਡਿਆਈ ਸੁਣਦੇ ਨੇ, ਉਹਨਾਂ ਦਾ ਮਨ ਨਿਡਰ ਹੋ ਜਾਂਦਾ, ਨਿਰਭਉ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਨਾ ਕਿ ਜਿਹੜਾ ਜੀਵ ਉਸ ਮਾਲਕ ਨਿਰਭਉ ਨੂੰ ਚੇਤੇ ਕਰਦਾ ਹੈ, ਉਹ ਵੀ ਨਿਰਭਉ ਹੋ ਜਾਂਦਾ ਹੈ। ਅਸਲ ਦੇ ਵਿੱਚ ਮਨੁੱਖ ਨੂੰ ਡਰ ਕਿਉਂ ਲੱਗਦਾ ਹੈ? ਸੰਸਾਰ ਦੇ ਅੰਦਰ ਜਿਹੜਾ ਧਨਵਾਨ ਹੈ ਉਹ ਕਮਜ਼ੋਰ ਨੂੰ ਭਾਵ ਨਿਰਧਨ ਨੂੰ ਡਰਾਉਂਦਾ ਹੈ। ਡਰਾਉਂਦਾ ਇਸ ਕਰਕੇ ਆ ਵੀ ਮੇਰੀ ਪ੍ਰਭੂ ਸਤਾ ਬਣੀ ਰਹੇ। ਜਿਹੜਾ ਮਨੁੱਖ ਬਲਵਾਨ ਹੈ ਉਹ ਕਮਜ਼ੋਰ ਨੂੰ ਡਰਾ ਕੇ ਰੱਖਦਾ ਹੈ, ਡਰਾ ਕੇ ਇਸ ਕਰਕੇ ਰੱਖਦਾ ਕਿ ਮੇਰੀ ਬਲਵਾਨਤਾ ਬਣੀ ਰਹੇ, ਮੇਰੇ ਤੋਂ ਲੋਕ ਡਰਨ। ਇਹ ਡਰ ਪੈਦਾ ਕੀਤਾ ਜਾਂਦਾ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਹੜੇ ਜੀਵ ਉਸ ਮਾਲਕ ਦੇ ਨਾਮ ਨੂੰ ਅਰਾਧਦੇ ਨੇ ਉਹ ਨਿਡਰ ਹੋ ਜਾਂਦੇ ਨੇ। ਆਪਣੇ ਨਾਦਰ ਦੀ ਗੱਲ ਸੁਣੀ ਹੋਵੇਗੀ। ਨਾਦਰ ਜ਼ੁਲਮੀ ਸੀ, ਪਰ ਖਿਆਲ ਕਰਨਾ ਆਖਰੀ ਸਮੇਂ ਦੇ ਵਿੱਚ ਇੰਨਾ ਕੁ ਡਰ ਗਿਆ, ਇੰਨਾ ਕੁ ਘਬਰਾ ਗਿਆ, ਜਦੋਂ ਦੁਸ਼ਮਣ ਦੀ ਗ੍ਰਿਫਤ ਦੇ ਵਿੱਚ ਆਇਆ ਉਹਨੂੰ ਡਰ ਭਾਸਣ ਲੱਗ ਪਿਆ, ਕਿਉਂਕਿ ਆਪ ਬਹੁਤ ਜ਼ੁਲਮੀ ਸੀ, ਲੋਕਾਂ ਦੇ ਉੱਤੇ ਜ਼ੁਲਮ ਕਰਨ ਵਾਲਾ। ਅਖੀਰ ਦੇ ਸਮੇਂ ਡਰ ਗਿਆ ਵੀ ਇਹਨਾਂ ਨੇ ਮੇਰੇ ਨਾਲ ਕੀ ਕਰਨਗੇ, ਮੇਰੇ ਪਰਿਵਾਰ ਦੇ ਨਾਲ ਕੀ ਕਰਨਗੇ। ਕਹਿੰਦੇ ਨੇ ਅੰਦਰੋਂ ਇੰਨਾ ਡਰ ਗਿਆ ਸੀ, ਕਿਉਂਕਿ ਆਪ ਲੋਕਾਂ ਨੂੰ ਡਰਾਉਂਦਾ ਸੀ। ਅਤੇ ਖਿਆਲ ਕਰਨਾ ਜਿਹੜਾ ਜੀਵ ਨਿਡਰ ਹੋ ਜਾਏ, ਨਾ ਉਹ ਕਿਸੇ ਨੂੰ ਡਰਾਉਂਦਾ ਹੈ ਅਤੇ ਨਾ ਫਿਰ ਕਿਸੇ ਦਾ ਡਰ ਜਿਹੜਾ ਹੈ ਨਾ ਉਹ ਆਪਣੇ ਜੀਵਨ ਦੇ ਅੰਦਰ ਅਪਣਾਉਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਗਿਆਨੀ ਦੀ ਉਦਾਹਰਨ ਦਿੰਦੇ ਹਨ, ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਮਨੁੱਖ ਨਾ ਤਾਂ ਕਿਸੇ ਨੂੰ ਡਰਾਉਂਦਾ ਹੈ ਅਤੇ ਨਾ ਕਿਸੇ ਦਾ ਡਰ ਲੈਂਦਾ ਹੈ, ਉਹੀ ਅਸਲ ਦੇ ਵਿੱਚ ਗਿਆਨੀ ਹੈ। ਭੈ ਕਾਹੂ ਕੋ ਦੇਤ ਨਹਿ, ਭੈ ਦਾ ਮਤਲਬ ਵੀ ਡਰ ਹੁੰਦਾ, ਵੀ ਕਿਸੇ ਨੂੰ ਡਰ ਨਹੀਂ ਦਿੰਦਾ, ਨਾ ਹੀ ਡਰ ਕਿਸੇ ਦਾ ਲੈਂਦਾ ਹੈ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਂ ਹੀ ਵਖਾਣ। ਸਤਿਗੁਰ ਨੇ ਗਿਆਨੀ ਦੀ ਪਰਿਭਾਸ਼ਾ ਬੜੀ ਪਿਆਰੀ ਇਹ ਦੱਸ ਦਿੱਤੀ ਵੀ ਨਾ ਗਿਆਨੀ ਕਿਸੇ ਨੂੰ ਡਰਾਉਂਦਾ ਹੈ ਅਤੇ ਨਾ ਕਿਸੇ ਦਾ ਡਰ ਲੈਂਦਾ ਹੈ, ਕਿਉਂਕਿ ਉਹ ਤਾਂ ਮਾਲਕ ਦੇ ਨਾਮ ਦੇ ਨਾਲ, ਪਰਮੇਸ਼ਰ ਦੀ ਵਡਿਆਈ ਦੇ ਨਾਲ ਆਪਣੇ ਮਨ ਨੂੰ ਨਿਡਰ ਕਰ ਲੈਂਦਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸੋ ਡਰੇ ਜੇ ਪਾਪ ਕਮਾਵਦਾ, ਧਰਮੀ ਬਖਸੇਤ। ਧਰਮੀ ਜਿਹੜਾ ਹੈ ਨਾ ਉਹ ਨਹੀਂ ਡਰਦਾ, ਡਰਦਾ ਕੇਵਲ ਉਹ ਹੈ ਜਿਹੜਾ ਕਿਸੇ ਨੂੰ ਪਹਿਲਾਂ ਡਰਾਉਂਦਾ ਹੋਵੇਗਾ, ਕਿਉਂਕਿ ਫਿਰ ਮਨ ਦਾ ਉਹ ਸ਼ੋਰ ਜਿਹੜਾ ਉਹ ਡਰਾਉਣ ਲੱਗ ਪੈਂਦਾ ਹੈ। ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸ਼ੋਰ। ਇਹ ਮਨ ਦਾ ਸ਼ੋਰ ਜਿਹੜਾ ਹੈ ਨਾ ਉਹੀ ਮਨੁੱਖ ਨੂੰ ਜਿਹੜਾ ਡਰਾਉਂਦਾ ਹੈ। ਅਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ
मारू राग दे विच कहिंदे ने एका निरपौ बात सुनी सो सुखिया सो सदा सुहेला जो गुरमिल गाए गुणी जिहड़े गुणा नूं गाउंदे ने सतगुरु महाराज कहिंदे ने ओह सदा ही सुखी हो जांदे ने ओह सदा ही जीवन दे अंदर आनंद माणदे ने क्योंकि उहनां ने केवल एक निरपौ परमेश्वर दी गल जिहड़ी है ओही सुनी हुंदी है एका निरपौ बात सुनी सो सुखिया सो सदा सुहेला जो गुरमिल गाए गुणी। तो सतगुरु महाराज सुखमनी साहब दे विच भी आपां रोज़ ही सरवण करदे हाँ निरभौ जपै सगल भौ मिटै जिहड़ा उस निरभौ परमेश्वर नूं जपदा है सतगुरु महाराज कहिंदे ने भी उही फिर जीव जिहड़ा है ना अपने अंदरों सारी तरह के डर मिटा लैंदा है निरभौ जपै सगल भौ मिटै। आप रहिरास साहब की पावन बाणी दे विच भी पढ़ते हाँ जिन निरभौ जिन हर निरभौ त्याया जी तिनका भौ सब गवासी उन्हां दे डर सारे खत्म हो जाते ने। ते सतगुरु महाराज कहिंदे ने टोट ना आवै मूल संचया नाम धन। सतगुरु महाराज कहिंदे ने उन्हां दे नाम धन जिहड़ा इकट्ठा किया संचया का मतलब इकट्ठा करना उहदे विच कदी भी टोट नहीं आउंदी घाटा नहीं जे पैंदा। सतगुरु महाराज कहिंदे ने परमेश्वर का ही नाम है जिहदे विच कदी टूट नहीं आउंदी। बाकी दुनिया के मनुख जितना मर्जी धन पदार्थ इकट्ठा कर लवे वो धन पदार्थ अपने कोलों दूर होण दा उहनां नूं डर रहिंदा है किते कोई चोर चोरी करके ना लै जावे किते मेरा धन पानी विच डुब के ना खत्म हो जावे मेरा किते धन अग लग के सड़ ना जावे। पर नाम धन इहो जिहा धन है ना उन्हों कोई चोरी करके ले जा सकता है ना वो पानी दे विच डुब्या खत्म होंदा है ते ना ही वो नाम धन जिहड़ा है अग लाया उन्हों सड़ सकता है वो ते हमेशा ही वधदा जांदा है जिन्हों सतगुरु महाराज कहिंदे ने खावो खर्चो रल मिल भाई टोट ना आवे वध तो जाई वो ते वधदा ही जांदा है। ते सतगुरु महाराज कहिंदे ने संत जना स्यों संग पाईऐ बड़े पुन। बड़े पुन का मतलब चंगे भागां दे नाल संत जना स्यों संग इहो जिहे गुरमुखां दी संगत जिहड़ी है ना वह प्राप्त हुंदी है। साहिब दा पावन बचन असीं अक्सर पढ़दे हाँ वड भागी हर संगत पावै भागहीन भ्रम चोटां खावै बिन भागां सत संग ना लभै बिन संगत मैल भरीजे जीओ। वड्डे भागां दे नाल जीव संगत प्राप्त हुंदी है ते जिहड़ा भागहीण मनुख है वह चोटां ही खांदा रहिंदा है वह भटकदा ही रहिंदा है। ते सतगुरु महाराज फिर अखीरले तुक दे विच सानूं कहिंदे ने आठ पहर हर ध्याए हर जस नित सुण। हुण सतगुरु महाराज कहिंदे ने भी अठे पैर भाव दिन ते रात चार पैर दिन ते चार पहर रात अठे पैर सतगुरु महाराज कहिंदे ने उस मालक नूं सिमरना कर हर जस नित सुण उहदा जस मालक दा सदा ही सुणिया कर। हुण अठे पैर काते उस मालक नूं चेते करना है क्यों उस नूं आराधना है क्योंकि ये दुनिया विकारां दी विच तपश दे विच सड़ रही है ये दुनिया जिहड़ी है वह विकारां दी तपश दी मार हेठां है ते उस विकारां दी तपश तों बचण दा इक्को ही ढंग है परमेश्वर दा नाम। परमेश्वर दा नाम ही बचा सकदा इसे करके सतगुरु महाराज कहिंदे ने आठ पहर हर ध्याए हर जस नित सुण अठे ही पैर उस मालक दे नाम नूं सिमरना कर उहदे नाम नूं नित जिहड़ा है उह सुणना कर तां जो तूं संसार दे विच विचर रहे विकारां दी तपश दे विचों बच सके होर तेरे वल्लों कीते हुए जिहड़े जतन ने उहनां जतनां दे नाल तू विकारां दी तपश दे विच्चों नहीं बच सकदा। विकारां दी तपश तो बचण दा इक्को इक ढंग है परमेश्वर दा।